ਸਾਡੀ ਮੁਹਿੰਮ ਜੋ ਅਸੀਂ ਪੇੜ ਲਗਾਉਣ ਨੂੰ ਲੈ ਕੇ ਆਰੰਭੀ ਹੋਈ ਹੈ ਉਸ ਦੀ ਤੇ ਬਹੁਤ ਸਾਰੀਆਂ ਵੀਡੀਓ ਸਾਡੇ ਕੋਲ ਪਹੁੰਚ ਰਹੀਆਂ ਨੇ ਸੈਂਕੜਿਆਂ ਦੀ ਤਦਾਦ ਦੇ ਵਿੱਚ ਤੇ ਅਸੀਂ ਕੁਝ ਵੀਡੀਓਸ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਿਹੜੇ ਸਾਡੇ ਦਰਸ਼ਕਾਂ ਨੇ ਸਾਡੇ ਤੱਕ ਇਹ ਵੀਡੀਓਸ ਪਹੁੰਚਾਈਆਂ ਰਜਿੰਦਰ ਕੌਰ ਸ਼ਸ਼ੀ ਇਹ ਬੱਸੀ ਪਠਾਣਾ ਫਤਿਹਗੜ੍ਹ ਸਾਹਿਬ ਤੋਂ ਇਹਨਾਂ ਨੇ ਵੀਡੀਓ ਭੇਜੀ ਔਰ ਸਟੇਟ ਬਾਡੀ ਅਧਿਆਪਕ ਨੇ ਬੱਚਿਆਂ ਦੇ ਨਾਲ ਪੇੜ ਲਗਾਉਂਦੇ ਨਜ਼ਰ ਆਏ ਗੁਰਨਾਮ ਸਿੰਘ ਕਪੂਰਥਲਾ ਤੋਂ ਹਰਸਿਮਰਤ ਸਿੰਘ ਸੰਬਰਾਲਾ ਤੋਂ ਜਸਵਿੰਦਰ ਕੌਰ ਸਿੱਧੂਪੁਰ ਪਿੰਡ ਹੈ ਫਤਿਹਗੜ੍ਹ ਸਾਹਿਬ 'ਚ ਉੱਥੋਂ ਜਸਵਿੰਦਰ ਸਿੰਘ ਕਿਸ਼ਨਪੁਰਾ ਪਟਿਆਲਾ ਤੋਂ ਮਨਤੇਜਪ੍ਰੀਤ ਸਿੰਘ ਸੰਬਰਾਲਾ ਤੋਂ ਸੋਨੀ ਲਹਿਰਾ ਗਾਗਾ ਤੋਂ ਬਾਨੀ ਨੰਦਾ ਜਲੰਧਰ ਤੋਂ ਜਿਨ੍ਹਾਂ ਨੇ ਵੀਡੀਓਜ਼ ਬਣਾਈਆਂ ਬਾਨੀ ਨੰਦਾ ਦੇ ਜਿਹੜੇ ਦਾਦਾ ਜੀ ਨੇ ਉਹ ਉੱਥੇ ਰੁੱਖ ਲਗਾਉਂਦੇ ਹੋਏ ਨਜ਼ਰ ਆਏ ਆਪਣੀ ਬੇਟੀ ਆਪਣੀ ਪੋਤੀ ਦੇ ਜਨਮਦਿਨ ਦੇ ਮੌਕੇ ਦੇ ਉੱਤੇ ਬਹੁਤ ਵਧੀਆ ਉਪਰਾਲਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜਿਹੜੇ ਵੀਡੀਓ ਭੇਜ ਰਹੇ ਨੇ ਵੀਡੀਓ ਸਿਰਫ ਸਾਡੇ ਲਈ ਨਹੀਂ ਹੈ ਬਲਕਿ ਜਿਹੜੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਆਪਾਂ ਇੱਕ ਦੂਜੇ ਦੇ ਲਈ ਸਾਰਿਆਂ ਦੇ ਲਈ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਇਹ ਕੋਸ਼ਿਸ਼ ਕੀਤੀ ਜਾ ਰਹੀ ਦਰਅਸਲ ਮੌਨਸੂਨ ਦਾ ਮੌਸਮ ਹੈ ਅਤੇ ਜਾਣਕਾਰਾਂ ਦੇ ਮੁਤਾਬਿਕ ਬੂਟੇ ਲਗਾਉਣ ਦੇ ਲਈ ਬਰਸਾਤ ਦਾ ਮੌਸਮ ਸਭ ਤੋਂ ਬਿਹਤਰ ਹੁੰਦਾ ਹੈ ਇਸ ਲਈ ਨਿਊਜ਼ 18 ਪੰਜਾਬ ਨੇ ਇਹ ਮੁਹਿੰਮ ਸ਼ੁਰੂ ਕੀਤੀ ਹੈ ਹਰ ਇੱਕ ਰੁੱਖ ਦੇ ਨਾਲ ਫਰਕ ਤਾਂ ਪੈਂਦਾ ਹੈ ਤੁਸੀਂ ਵੀ ਸਾਡੀ ਇਸ ਮੁਹਿੰਮ ਦੇ ਨਾਲ ਜੁੜ ਸਕਦੇ ਹੋ ਰੁੱਖ ਲਗਾਓ ਇੱਕ ਵੀਡੀਓ ਬਣਾਓ ਅਤੇ ਸਾਨੂੰ ਸਕਰੀਨ ਦੇ ਉੱਤੇ ਜੋ ਤੁਹਾਡਾ ਵਟਸਐਪ ਨੰਬਰ ਆ ਰਿਹਾ ਹੈ ਤੁਸੀਂ ਦੇਖ ਰਹੇ ਹੋ ਇਸ ਨੰਬਰ ਦੇ ਉੱਤੇ ਵਟਸਐਪ ਭੇਜ ਦਿਓ ਉਹ ਵੀਡੀਓ ਵੀਡੀਓ ਦੇ ਨਾਲ ਆਪਣਾ ਨਾਮ ਆਪਣੇ ਸ਼ਹਿਰ ਜਾਂ ਪਿੰਡ ਦਾ ਨਾਮ ਅਤੇ ਜ਼ਿਲ੍ਹੇ ਦਾ ਨਾਮ ਲਿਖਣਾ ਨਾ ਭੁੱਲਿਓ ਵੀਡੀਓ ਬਣਾਉਂਦੇ ਸਮੇਂ ਆਪਣੇ ਫੇਵਰੇਟ ਸ਼ੋਅ ਦੀ ਲਾਈਨ ਤੁਸੀਂ ਜ਼ਰੂਰ ਬੋਲ ਸਕਦੇ ਹੋ ਹਰ ਇੱਕ ਰੁੱਖ ਦੇ ਨਾਲ ਫਰਕ ਤਾਂ ਪੈਂਦਾ ਹੈ ਅਸੀਂ ਸ਼ਾਮ 5 ਵਜੇ ਅਤੇ ਰਾਤ 9 ਵਜੇ ਵੀਡੀਓਜ਼ ਆਪਣੇ ਦਰਸ਼ਕ ਜੋ ਸਾਨੂੰ ਭੇਜ ਰਹੇ ਨੇ ਉਹ ਸ਼ੋਅ ਦੇ ਦੌਰਾਨ ਦਿਖਾਉਂਦੇ ਹਾਂ